ਗੁੱਡ ਮਾਰਨਿੰਗ ਸਟੂਡੈਂਟਸ ਆਈ ਹੋਪ ਯੂ ਆਲ ਆਰ ਵੈਲ ਐਂਡ ਗੁੱਡ ਆਮ ਯੋਰ ਪੰਜਾਬੀ ਟੀਚਰ ਐਂਡ ਟੂਡੇ ਵੀ ਆਰ ਗੋਇੰਗ ਟੂ ਸਟਾਰਟ आवर 8th ਚੈਪਟਰ ਆਫ ਗ੍ਰਾਮਰ ਥੈਟ ਇਜ਼ ਲਿੰਗ ਲਿੰਗ ਕੀ ਹੁੰਦਾ ਹੈ ਲਿੰਗ ਮੀਨਸ ਜੈਂਡਰ ਅਸੀਂ ਆਪਣੇ ਘਰ ਵਿੱਚ ਆਪਣੇ ਦਾਦਾ ਦਾਦੀ ਮਾਤਾ ਪਿਤਾ ਚਾਚਾ ਚਾਚੀ ਆਦਿ ਉਹਨਾਂ ਦੇ ਦਰਜੇ ਅਨੁਸਾਰ ਬੁਲਾਉਂਦੇ ਹਾਂ ਇਸੀ ਤਰ੍ਹਾਂ ਸੀ ਪਸ਼ੂਆਂ ਪੰਛੀਆਂ ਨੂੰ ਉਹਨਾਂ ਦੇ ਨਾਮ ਅਨੁਸਾਰ ਬੁਲਾਉਂਦੇ ਹਾਂ ਵੱਡੇ ਅਤੇ ਛੋਟੇਕਾਰ ਦੀਆਂ ਵਸਤੂਆਂ ਨੂੰ ਉਹਨਾਂ ਦੇ ਅਨੁਸਾਰ ਹੀ ਬੋਲਦੇ ਹਾਂ ਇਸ ਨੂੰ ਅਸੀਂ ਲਿੰਗ ਆਖਦੇ ਹਾਂ ਲਿੰਗ ਦੀ ਪਰਿਭਾਸ਼ਾ ਕੀ ਹੈ ਜਿਹੜੇ ਸ਼ਬਦ ਨਰ ਮਾਤਾ ਜਾਂ ਮਰਦਾਂਵੇਂ ਜਨਾਨੇ ਦਾ ਭੇਦ ਪ੍ਰਗਟ ਕਰਨ ਵਿਆਕਰਣ ਵਿੱਚ ਉਹਨਾਂ ਨੂੰ ਲਿੰਗ ਆਖਦੇ ਹਨ ਭਾਵ ਕਿ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਨਾਰ ਆ ਪਾਵ ਮਰਦ ਜਾਂ ਇਸਤਰੀ ਲਿੰਗ ਬਾਰੇ ਪਤਾ ਲੱਗੇ ਉਹਨੂੰ ਅਸੀਂ ਲਿੰਗ ਕਹਿੰਦੇ ਹਾਂ ਜਿਵੇਂ ਮਾਤਾ ਪਿਤਾ ਮੋਰ ਮੋਰਨੀ ਮੁੰਡਾ ਕੁੜੀ ਦਾਦਾ ਦਾਦੀ ਆਦਿ ਪਿਤਾ ਜਿਹੜਾ ਹੋ ਗਿਆ ਬੱਚੇ ਉਹ ਪੁਲਿੰਗ ਹੋ ਗਿਆ ਤੇ ਜਿਹੜਾ ਮਾਤਾ ਹੈ ਉਹ ਇਸਤਰੀ ਲਿੰਗ ਹੋ ਗਿਆ ਹੁਣ ਜਿਹੜੇ ਲਿੰਗ ਹੈ ਉਹ ਦੋ ਕਿਸਮ ਦੇ ਹੁੰਦੇ ਹਨ ਪੁਲਿੰਗ ਤੇ ਇਸਤਰੀ ਲਿੰਗ ਪੁਲਿੰਗ ਬੱਚੇ ਮਰਦਾਲੀ ਵਰਤਿਆ ਜਾਂਦਾ ਹੈ ਤੇ ਇਸਤਰੀ ਲਿੰਗ ਔਰਤਾਲੀ ਵਰਤਿਆ ਜਾਂਦਾ ਹੈ ਪੁਲਿੰਗ ਜਿਹੜੇ ਸ਼ਬਦ ਮਰਦਾਂਵੇਂ ਜਾਂ ਨਰ ਹੋਣ ਦੇ ਭੇਦ ਨੂੰ ਪ੍ਰਗਟ ਕਰਨ ਉਹ ਪੁਲਿੰਗ ਹੁੰਦੇ ਹਨ ਜਿਵੇਂ ਦਾਦਾ ਕਾਕਾ ਊਂਟ ਘੋੜਾ ਪਿਤਾ ਆਦਿ ਇਸਤਰੀ ਲਿੰਗ ਜਿਹੜੇ ਸ਼ਬਦ ਜਨਾਨਾ ਜਾਂ ਮਾਦਾ ਹੋਣ ਦੇ ਭੇਦ ਨੂੰ ਪ੍ਰਗਟ ਕਰਨ ਉਹ ਇਸਤਰੀ ਲਿੰਗ ਹੁੰਦੇ ਹਨ ਜਿਵੇਂ ਦਾਦੀ ਊਠਣੀ ਘੋੜੀ ਮਾਤਾ ਆਦਿ ਅੱਗੇ ਹੈ ਲਿੰਗ ਬਦਲੀ ਪੁਲਿੰਗ ਸ਼ਬਦਾਂ ਨੂੰ ਇਸਤਰੀ ਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਨੂੰ ਪੁਲਿੰਗ ਸ਼ਬਦ ਵਿੱਚ ਬਦਲਣ ਨੂੰ ਲਿੰਗ ਬਦਲੀ ਆਖਦੇ ਹਨ ਲਿੰਗ ਬਦਲੀ ਲਈ ਕੁਝ ਨਿਰਧਾਰਤ ਨਿਯਮ ਹੁੰਦੇ ਹਨ ਜਿਵੇਂ ਇਹਨਾਂ ਨਿਯਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਲਿੰਗ ਬਦਲੀ ਕਰਨ ਵਿੱਚ ਆਸਾਨੀ ਹੁੰਦੀ ਹੈ ਇਹਨਾਂ ਨਿਯਮਾਂ ਬਾਰੇ ਗਿਆਨ ਲੈਣਾ ਬਹੁਤ ਜ਼ਰੂਰੀ ਹੈ ਹੇਠਾਂ ਕੁਝ ਬੱਚੇ ਲਿੰਗ ਪੁਲਿੰਗ ਦਿੱਤੇ ਹਨ ਇਹਨਾਂ ਨੂੰ ਤੁਸੀਂ ਦੋ ਵਾਰੀ ਪੜ੍ਹਨਾ ਹੈ ਤੇ ਧਿਆਨ ਨਾਲ ਪੜ੍ਹਨਾ ਹੈ ਕਿ ਨਦਰ ਪੁਲਿੰਗ ਹੈ ਉਹ ਮਰਦਾਂ ਲਈ ਵਰਤਿਆ ਜਾਂਦਾ ਹੈ ਤੇ ਇਸਤਰੀ ਲਿੰਗ ਔਰਤਾਂ ਲਈ ਜਿਵੇਂ ਸੋਟਾ ਸੋਟੀ ਰਾਣਾ ਰਾਣੀ ਬੱਚੇ ਜਿਹੜੀਆਂ ਬੇਜਾਨ ਵਸਤਾਂ ਹੁੰਦੀਆਂ ਹਨ ਉਹਨਾਂ ਲਈ ਵੀ ਆਪਾਂ ਲਿੰਗ ਪੁਲਿੰਗ ਦੀ ਵਰਤੋਂ ਕਰਦੇ ਹਾਂ ਜਿਵੇਂ ਸੋਟਾ ਜਿਹੜਾ ਹੈਗਾ ਬੱਚੇ ਉਹ ਬੇਜਾਨ ਹੈ ਤੇ ਉਹਦਾ ਜਿਹੜਾ ਇਸਤਰੀ ਲਿੰਗ ਹੈ ਸੋਟੀ ਬਣ ਗਿਆ ਠੀਕ ਹੈ ਇਸ ਲਈ ਬੇਜਾਨ ਵਸਤੂਆਂ ਲਈ ਵੀ ਅਸੀਂ ਲਿੰਗ ਪੁਲਿੰਗ ਦੀ ਵਰਤੋਂ ਕਰਦੇ ਹਾਂ ਇਹਨਾਂ ਤੁਸੀਂ ਲਿੰਗ ਪੁਲਿੰਗਸ ਨੂੰ ਦੋ ਵਾਰੀ ਪੜ੍ਹਨਾ ਹੈ ਤੇ ਯਾਦ ਵੀ ਕਰਨਾ ਹੈ ਅੱਗੇ ਹੈ ਆਪਣਾ ਪੰਜਾਬੀ ਭਾਸ਼ਾ ਵਿੱਚ ਕਈ ਪੁਲਿੰਗ ਸ਼ਬਦ ਅਤੇ ਇਸਤਰੀ ਲਿੰਗ ਸ਼ਬਦ ਹਨ ਜਿਨ੍ਹਾਂ ਦੀ ਲਿੰਗ ਬਦਲੀ ਨਹੀਂ ਹੁੰਦੀ ਭਾਵੇਂ ਕਈ ਪੁਲਿੰਗ ਸ਼ਬਦ ਅਜਿਹੇ ਹਨ ਜਿਸ ਦਾ ਇਸਤਰੀ ਲਿੰਗ ਨਾਲ ਇਸਤਰੀ ਲਿੰਗ ਨਹੀਂ ਹੁੰਦਾ ਕਈ ਅਜਿਹੇ ਇਸਤਰੀ ਲਿੰਗ ਹਨ ਜਿਨ੍ਹਾਂ ਦਾ ਪੁਲਿੰਗ ਸ਼ਬਦ ਨਹੀਂ ਹੁੰਦਾ ਜਿਵੇਂ ਪੁਲਿੰਗ ਸ਼ਬਦ ਆ ਗਿਆ ਗੀਤ ਗੀਤ ਦਾ ਕੋਈ ਇਸਤਰੀ ਲਿੰਗ ਨਹੀਂ ਹੈ ਅਸਮਾਨ ਦੁੱਧ ਸਮੁੰਦਰ ਰੱਬ ਮਕਾਨ ਅਨਾਜ ਪਿਆਰ ਘਿਓ ਤੇਲ ਪਾਣੀ ਚੁੱਲ੍ਹਾ ਸ਼ਰੀਰ ਮੀਂਹ ਚੰਨ ਸੂਰਜ ਲੋਹਾ ਆਦਿ ਹੋਰ ਕਈ ਸ਼ਬਦ ਹਨ ਜਿਨ੍ਹਾਂ ਦਾ ਇਸਤਰੀ ਲਿੰਗ ਨਹੀਂ ਹੈ ਤੇ ਜਿਹੜੇ ਇਸਤਰੀ ਲਿੰਗ ਹਨ ਉਹਨਾਂ ਦਾ ਪੁਲਿੰਗ ਨਹੀਂ ਹੈ ਭਾਵ ਜਿਵੇਂ ਹਵਾ ਅੱਗ ਕਵਿਤਾ ਲਹਿਰ ਭੁੱਖ ਤਸਵੀਰ ਧਰਤੀ ਕਾਰ ਇੱਟ ਰੇਤ ਕੰਧ ਰਜਾਈ ਆਦਿ ਇਹ ਜਿਹੜੇ ਇਸਤਰੀ ਲਿੰਗ ਹਨ ਇਹਨਾਂ ਦਾ ਕੋਈ ਪੁਲਿੰਗ ਨਹੀਂ ਹੈ ਅੱਗੇ ਹੈ ਵਾਕਾਂ ਦੀ ਲਿੰਗ ਬਦਲੀ ਵਾਕਾਂ ਵਿੱਚ ਵੀ ਲਿੰਗ ਬਦਲੀ ਕਰਨੀ ਆਉਣੀ ਚਾਹੀਦੀ ਹੈ ਜਿਵੇਂ ਵਾਕਾਂ ਦੀ ਲਿੰਗਵਰਦੀ ਕਰਦੇ ਸਮੇਂ ਵਾਕ ਵਿਚਲੇ ਨਾਮ ਪੜਨਾਮ ਵਿਸ਼ੇਸ਼ਣ ਅਤੇ ਕਿਰਿਆ ਵੀ ਲਿੰਗ ਬਦਲੀ ਕਰਕੇ ਉਹਨਾਂ ਨੂੰ ਮੁੜ ਤੋਂ ਲਿਖਿਆ ਜਾਂਦਾ ਹੈ ਜਿਵੇਂ ਸਹਰਾਕਰ ਆਇਆ ਹੈ ਸਹਰੇ ਤੋਂ ਬਣ ਗਿਆ ਸੱਸ ਸੱਸ ਘਰ ਆਈ ਹੈ ਗਾਇਕ ਨੇ ਗੀਤ ਗਾਇਆ ਗਾਇਕ ਤੋਂ ਬਣ ਗਿਆ ਗਾਇਕਾ ਗਾਇਕਾ ਨੇ ਗੀਤ ਗਾਇਆ ਫੁੱਫੜ ਨੇ ਮੁੰਡੇ ਨੂੰ ਸੱਦਿਆ ਫੁੱਫੜ ਤੋਂ ਬਣ ਗਿਆ ਭੂਆ ਭੂਆ ਨੇ ਮੁੰਡੇ ਤੋਂ ਬਣ ਗਿਆ ਕੁੜੀ ਭੂਆ ਨੇ ਕੁੜੀ ਨੂੰ ਸਰਦਿਆ ਸੋ ਇਹਨਾਂ ਵਾਕਾਂ ਨੂੰ ਵੀ ਤੁਸੀਂ ਦੋ ਵਾਰੀ ਜ਼ਰੂਰ ਪੜ੍ਹਨਾ ਹੈ ਹੁਣ ਮੈਂ ਤੁਹਾਨੂੰ ਕੁਝ ਯਾਦ ਰੱਖਣ ਜੋ ਗੱਲਾਂ ਦੱਸਾਂਗੀ ਉਹ ਤੁਸੀਂ ਜ਼ਰੂਰ ਯਾਦ ਕਰਨੀਆਂ ਹਨ ਕਿ ਜਿਹੜੇ ਲਿੰਗ ਹੈ ਉਹ ਦੋ ਪ੍ਰਕਾਰ ਦੇ ਹੁੰਦੇ ਹਨ ਪੁਲਿੰਗ ਅਤੇ ਇਸਤਰੀ ਲਿੰਗ ਜਿਹੜੇ ਸ਼ਬਦ ਨਰ ਜਾਂ ਮਾਦਾ ਜਾਂ ਮਰਦਾਂਵੇਂ ਜਨਾਨਾ ਹੋਣ ਦੇ ਭੇਦ ਨੂੰ ਪ੍ਰਗਟ ਕਰਨ ਉਹਨਾਂ ਨੂੰ ਲਿੰਗ ਆਖਦੇ ਹਨ ਤੇ ਜਿਹੜੇ ਸ਼ਬਦ ਮਰਦਾਂਵੇਂ ਨਰ ਜਾਂ ਮਰਦਾਂਵੇਂ ਹੋਣ ਬਾਰੇ ਦੱਸਣ ਉਹਨਾਂ ਨੂੰ ਪੁਲਿੰਗ ਆਖਦੇ ਹਨ ਲਿੰਗ ਬਦਲੀ ਲਈ ਕੁਝ ਨਿਯਮ ਨਿਰਧਾਰਿਤ ਕੀਤੇ ਗਏ ਹਨ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦੇ ਹਨ ਲਿੰਗ ਬਦਲੀ ਦੇ ਨਿਯਮਾਂ ਬਾਰੇ ਜਾਣ ਕੇ ਸਹੀ ਲਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ ਸੋ ਇਸ ਪਾਠ ਨੂੰ ਤੁਸੀਂ ਦੋ ਵਾਰੀ ਪੜ੍ਹਨਾ ਹੈ ਤੇ ਇਸ ਨੂੰ ਪੜ੍ਹ ਕੇ ਹੀ ਤੁਸੀਂ ਜਿਹੜੇ ਅਭਿਆਸ ਤੇ ਇਹ ਕੁਐਸਚਨ ਆਨਸਰ ਹਨ ਬਹੁ ਵਿਕਲਪੀ ਪ੍ਰਸ਼ਨ ਉਤਰਾਂ ਦੇ ਤੁਸੀਂ ਜਵਾਬ ਦੇਣੇ ਹਨ ਉਹ ਆਪਣੀ ਤੁਸੀਂ ਬੁੱਕ ਤੇ ਹੀ ਸੋਲਵ ਕਰਨੇ ਹਨ ਤੇ ਜਿਹੜੇ ਇਸ ਦੇ ਵਿੱਚੇ ਪ੍ਰਸ਼ਨ ਉਤਰ ਦਿੱਤੇ ਗਏ ਹਨ ਉਹਨਾਂ ਨੂੰ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਲਿਖਣਾ ਹੈ ਸੋ ਥੈਂਕ ਯੂ ਸੋ ਮੱਚ ਬੱਚੇ We will meet in the next class. Thank you so much. Have a nice day.